बिस्मिल्लाहिर्रहमानिर्रहीम जी, अस्सलाम वालेकुम मेरी प्यारी सी यूट्यूब फैमिली, कैसी है? उम्मीद है कि सब खैरियत से होंगे जी। व्लॉग का आगाज करें, ज़रूर देखिएगा, लाइक शेयर सब्सक्राइब जरूर करें। जी की करन लगी हूँ मैं, सर्दियाँ के हिसाब न देखने लगी हूँ, सर्दियाँ नहीं नॉर्मल मौसम के हिसाब न कपड़े देखने लगी। अच्छा, मैं कहना फिर एक व्लॉग ना बना लिए। मैं कहनी रहन दो, व्लॉग अगे बनाई हो जा व्लॉग। अच्छा, मैं पंखा जरा बंद कर, ਪੱਖਾ ਬੰਦ ਹੀ ਕਰ ਦਈਏ। ਅੱਛਾ, ਨਹੀਂ ਵਲੋਗ ਬਣਾ ਲੈਂਦੇ ਹਾਂ, ਦੇਖਣ ਵਾਲੇ ਭੈਣ ਭਰਾ ਨਾਲ ਵੀ ਸ਼ੇਅਰ ਕਰ ਲੈਂਦੇ ਹਾਂ, ਅਤੇ ਤੁਸੀਂ ਜਿਹੜਾ ਨਾ, ਮੈਂ ਕਹਿੰਦਾ ਕਿ ਇੱਕ ਵਲੋਗ ਹੋ ਜਾਵੇ। ਮੈਂ ਕਹਿੰਦਾ ਕਿ ਤੁਸੀਂ ਜਿਹੜਾ ਨਾ ਇੱਕ ਵਲੋਗ ਬਣਾ ਲਈਏ, ਅਤੇ ਚਲੋ ਸਾਡਾ ਵਲੋਗ ਹੈ ਨਹੀਂ, ਅਤੇ ਦੇਖਣ ਵਾਲੇ ਭੈਣ ਭਰਾ ਵੀ ਦੇਖ ਲੈਣ। ਅੱਛਾ, ਮੇਰੇ ਪੇਅਰ ਸੂਟ ਕਿੰਨੇ ਕਾਫੀ ਦੇਰ ਦੇ ਤੇ ਸਿਲਾਈ ਨਹੀਂ ਕਰਉਂਦੇ ਹੈਗੇ, ਸਿਲਾਈ ਦਾ ਟਾਈਮ ਹੀ ਨਹੀਂ ਲੱਗਦਾ ਹੈਗਾ। ਉਹ ਦੇਖਣ ਲੱਗੀ ਹਾਂ ਵੀ ਕਿਹੜੇ ਇੱਕ ਦੋ ਕੱਢ ਕੇ ਉਹ ਕੁਝ ਸਿਲਾਈ ਹੋ ਜਾਂਦੇ ਕਰੰਡੀ ਦਾ ਵਾਇਰ ਹੈ ਜਿਹੜਾ। ਸਹੀ, ਲੋਕ ਸਿਲਾਈ ਤੇ ਸਿਲਾਈ ਕਰਵਾਉਂਦੇ, ਜਦੋਂ ਲਿਆਉਂਦੇ ਉਦੋਂ ਦਰਜਨ ਨੂੰ ਦੇ ਦਿੰਦੇ, ਸਿਲਾਈ ਕਰਕੇ ਆਰਾਮ ਨਾਲ ਪਾ ਲੈਂਦੇ। ਅਸੀਂ ਆਪ ਸੀਨੇ ਦੇ ਚੱਕਰ ਦੇ ਵਿੱਚ ਉਹ ਟਾਈਮ ਹੀ ਨਹੀਂ ਲੱਗਦਾ ਹੈਗਾ, ਕੋਈ ਦੋ ਤਿੰਨ ਸਾਲ ਹੋ ਗਿਆ ਸੂਟ ਘੁੰਮਦਿਆਂ ਨੂੰ, ਟਾਈਮ ਹੀ ਨਹੀਂ ਲੱਗਦਾ ਹੈਗਾ ਸਿਲਾਈ ਦਾ, ਹੋਰ ਹੀ ਨਹੀਂ ਕੰਮ ਮੌਕੇ ਨਹੀਂ। ਉਹ ਫਿਰ ਘਰ ਦੀ ਸਾਰੀ ਜ਼ਿੰਮੇਦਾਰੀ, ਖਾਣਾ ਬਣਾਉਣਾ, ਮੈਂ ਅਕਸਰ ਜਿਹੜੀਆਂ ਦਰਜਾਨਾਂ ਨਾ ਉਹਨਾਂ ਦਾ ਦੇਖਿਆ ਨਾ ਹਿਸਾਬ ਕਿਤਾਬ, ਉਹ ਘਰ ਕੁਕਿੰਗ ਨਹੀਂ ਕਰਦੀਆਂ ਹੈਗੀਆਂ, ਉਹਨਾਂ ਨੇ ਸਿਰਫ ਸਟਿਚਿੰਗ ਕਰਨੀ ਹੁੰਦੀ ਆ। ਹੁੰਦੀ ਵੀ ਫੇਰ ਆ, ਜਦੋਂ ਬੰਦਾ ਕੰਮ ਕਰ ਕਰਕੇ ਥੱਕ ਜਾਂਦਾ, ਜੇ ਵੀ ਜੋ ਅੱਧਾ ਘੰਟਾ ਰਹਿ ਹੋਵੇ ਟਾਈਮ, ਤਾਂ ਉਸ ਮਸ਼ੀਨ 'ਤੇ ਬੈਠਣ ਨੂੰ ਦਿਲ ਹੀ ਨਹੀਂ ਕਰਦਾ ਹੈਗਾ। ਜਿਸ ਬੰਦੇ ਨੇ ਸਾਰੀ ਦਿਹਾੜੀ ਅੱਡੀ ਨਹੀਂ ਲੱਗਣੀ ਹੈਗੀ, ਉਹਨੇ ਕੀ ਸਿਲਾਈ ਕਰਨੀ ਹੈ ਜੀ। ਅਤੇ ਇਸ ਕਰਕੇ ਫਿਰ ਮੇਰੇ ਆ ਕਾਫੀ ਦੇਰ 'ਤੇ ਪਏ ਆ, ਮੈਂ ਹੁਣ ਕਿਹਾ ਵੀ ਚਲੋ ਕੱਢ ਕੇ ਦੇਖਾਂ ਬਾਹਰ ਰੱਖ ਕੇ ਜੇ ਸਿਲਾਈ ਹੋ ਜਾਣ ਤਾਂ। ਇਹ ਦੇਖੋ ਨਾ, ਕਾਫੀ ਦੇਰ ਦਾ ਮੇਰਾ ਸੂਟ ਆ, ਲਓ ਭਾਈ ਪ੍ਰਿੰਟ ਆ, ਅਤੇ ਇਹ ਬਾਜ਼ੂ ਆ, ਬਾਜ਼ੂ ਅੱਗੇ ਬਾਰਡਰ ਜਿਹਾ ਬਣਾ ਦਿੱਤਾ, ਬਾਕੀ ਡਿਜ਼ਾਈਨ ਬਹੁਤ ਪਿਆਰਾ ਵਾ ਜਿਹੜਾ ਨਾ, ਹੁਣ ਤਾਂ ਇਹ ਪਤਾ ਨਹੀਂ ਕਿੰਨੇ ਦਾ, ਅਗਰ ਹੁਣ ਰੇਟ ਇਹ ਉਦੋਂ 3000 ਦਾ ਸੀਗਾ, ਹੁਣ ਤਾਂ ਅੱਜ ਤੋਂ ਜਦੋਂ ਅਸੀਂ ਹੋਇਆ ਉਦੋਂ ਮੰਮੀ ਉਹਨਾਂ ਨੇ ਦਿੱਤਾ ਸੀ, ਇਹ ਦਿੱਤਾ ਸੀ ਜਾਂ ਦੂਸਰਾ ਕਰੰਡੀ ਦਾ ਉਹ ਦਿੱਤਾ ਸੀ, ਇਹ ਕਮੀਜ਼ ਹੋ ਗਈ, ਅਤੇ ਜਿਆਨ ਮਾਸ਼ਾਅੱਲਾ ਬੜਾ ਹੋ ਗਿਆ, ਤੇ ਹੁਣ ਤਾਂ ਇਸ ਵਾਰ ਮੈਂ ਮਹੀਨੇ 3 ਸਾਲਾਂ ਦਾ ਜਿਆਨ, ਮੈਂ ਕਹਿਣਾ ਕਿ ਜਿਹੜਾ ਨਾ ਚਾਹੇ 6000 ਦਾ ਹੋਇਆ ਖੜਾ ਹੋਵੇ ਸੂਟ, ਐਸ 12ਵੇਂ ਮਹੀਨੇ 'ਚ ਜਿਆਨ ਨੇ 3 ਸਾਲ ਦਾ ਹੋ ਜਾਣਾ, ਤੇ ਚੌਥੇ 'ਚ ਸ਼ੁਰੂ ਹੋ ਜਾਣਾ ਜਿਆਨ ਨੇ ਜੀ। ਤੁਸੀਂ ਇਹ ਹਿਸਾਬ ਲਾ ਲਓ ਕਿ ਇਹਨੂੰ 3 ਸਾਲ ਸੂਟ ਲੈ ਪੈਣ ਹੋ ਗਏ, ਸਿਲਾਈ ਨਹੀਂ ਕੀਤਾ ਗਿਆ, ਸਿਲਾਈ ਦੀ ਵਜ੍ਹਾ ਤੋਂ, ਜੇ ਸਿਲਾਈ ਨਹੀਂ ਹੋਣਾ ਤਾਂ ਪਹਿਨਣਾ ਕਿੱਦਾਂ, ਇਹ ਹੋਵੇ ਦਾ ਦੁਪੱਟਾ, ਅਤੇ ਦੁਪੱਟੇ ਦੇ ਦੋਨਾਂ ਸਾਈਡਾਂ ਦੇ ਵਿੱਚ ਕਢਾਈ ਹੈ, ਇਹ ਨਜ਼ਰ ਨਹੀਂ ਆਉਂਦੀ। ਇੱਕ ਮੈਨੂੰ ਕਢਾਈ ਵਾਲੇ ਭਾਰੇ ਦੁਪੱਟੇ ਨਹੀਂ ਪਸੰਦ, ਮੈਨੂੰ ਸਿੰਪਲ ਦੁਪੱਟੇ ਪਸੰਦ ਆ। ਅੱਛਾ, ਤੁਹਾਨੂੰ ਬੜੀ ਹੋ ਜਾਏਗੀ, ਤਾਂ ਉਸ ਸਕੂਲੋਂ ਪੜ੍ਹ ਕੇ ਆ ਕੇ ਸਿਲਾਈ ਕਰ ਲਿਆ ਕਰੇ, ਉਹਨੂੰ ਸਿਖਾ ਦੇਣਾ, ਉਹ ਕਹਿੰਦੀ ਮੈਂ ਨਹੀਂ ਸਿਲਾਈ ਸੁਲਾਈ ਸਿੱਖਣੀ। ਮੈਂ ਕਿਹਾ ਹੋਰ ਤੂੰ ਸਿੱਖਣਾ ਕੀ ਹੈ, ਆਪਣੇ ਬਟੂਏ ਤਾਂ ਬਥੇਰੇ ਸੀ ਲੈਂਦੀ ਹਾਂ ਮੈਂ ਕਿਹਾ। ਅੱਛਾ ਜੀ, ਇਹਦੇ ਨਾਲ ਦਾ ਦੁਪੱਟਾ ਜਿੱਦਣ ਸ਼ਹਿਰ ਗਈ ਪੀਕੋ ਕਰਵਾ ਲਿਆ, ਮੈਨੂੰ ਰੱਖਣਾ ਵਾ ਬਾਹਰ, ਤਾਂ ਕਿ ਮੈਂ ਤਹੀਆ ਕਰ ਲਿਆ ਕਿ ਮੈਂ ਸੀਕੇ ਪਾਣੀ ਪਾਉਣੀ ਆ, ਸਾਰੀ ਕਰਨ ਦੀ ਗੱਲ। ਇਹ ਮੈਂ ਬਾਈ ਨੂੰ ਪੁੱਛ ਕੇ ਸੀ, ਮੈਂ ਕਿਹਾ ਮੈਨੂੰ ਕਲਰ ਚੇਂਜ ਕਰ ਦਿਓ, ਉਹਨਾਂ ਨੇ ਕਿਹਾ ਸੀ ਭਾਅ ਜੀ ਕਰ ਲਈ, ਕਰ ਲਾਂ ਕਿ ਨਾ ਕਰ ਲਾਂ। ਨਹੀਂ ਠੀਕ ਆ, ਤੁਸੀਂ ਪਾਓ, ਹੁਣ ਇੱਦਾਂ ਦੀ ਚੀਜ਼ ਨਹੀਂ ਲੱਭਣੀ, ਹਰ ਸਾਲ ਕੱਪੜੇ ਦੀ ਸ਼ਾਈਨਿੰਗ ਅਤੇ ਵਰਾਇਟੀ ਜਿਹੜੀ ਹੈ ਨਾ, ਉਹ ਚੇਂਜ ਹੋਈ ਜਾਂਦੀ ਹੈ ਜਿਉਂ ਜਿਉਂ ਤੁਸੀਂ ਇਹ, ਤੁਸੀਂ ਇਹ ਸੀ ਕੇ ਪਾਓ। ਜਿੰਨਾ ਇਹ ਹਰ ਸਾਲ ਡਿਫਰੈਂਟ ਹੋਈ ਜਾਂਦਾ,
ਇਹ 5,000 ਦਾ ਵੀ ਨਹੀਂ ਮਿਲਣਾ ਹੋਣਾ ਹੈ ਅੱਛਾ ਜੀ ਹੁਣ ਸਾਡਾ ਵਲੋਗ ਬਣ ਜਾਣਾ ਸੀਗਾ ਅਤੇ ਵਿੱਚ ਆ ਗਿਆ ਕਿ ਜ਼ਰੂਰੀ ਫੋਨ ਆਇਆ ਕਿੱਦਾਂ ਸੀ ਹਮੈਰਾ ਦਾ ਉਹ ਇਸ ਟਾਈਮ ਨਾ ਤਕਰੀਬਨ ਹੀ ਸਾਰਿਆਂ ਨੇ ਇੱਕ ਵਾਰੀ ਉਹਨੇ ਫੋਨ ਕਰਨਾ ਦਾਮੀ ਜੀ ਨੂੰ ਮੈਨੂੰ ਸਾਰੀਆਂ ਭੈਣਾਂ ਨੂੰ ਇੱਕ ਇੱਕ ਦਫ਼ਾ ਕਾਲ ਕਰ ਲੈਣੀ ਹੁੰਦੀ ਉਹਨੇ ਕਿਉਂਕਿ ਅਸੀਂ ਮਸਰੂਫ ਹੁੰਦੀਆਂ ਵਾ ਉਹ ਇਕੱਲੀ ਹੁੰਦੀ ਆ ਘਰ 'ਚ ਅਤੇ ਫੇਸ ਕਰਕੇ ਉਹਨੇ ਇੱਕ ਇੱਕ ਦਫ਼ਾ ਕਾਲ ਕਰਨੀ ਹੁੰਦੀ ਆ ਸਾਨੂੰ ਤਾਂ ਜਿਹੜਾ ਇੱਧਰੋਂ ਵੇ ਆਹ ਕਿਸੇ ਚੀਜ਼ ਹੱਥ ਨਾ ਦੇ ਦੀ ਸਾਨੂੰ ਵੇ ਇਹਨੂੰ ਫੜ ਲਓ ਇਹਨੂੰ ਚੱਕ ਲਓ ਇਹਨੂੰ ਰੱਖ ਲਓ ਹਾਂਜੀ ਅਤੇ ਬਿਲਕੁਲ ਜਿਹੜਾ ਨਾ ਵੱਡਾ ਵਾ ਇਹ ਕੀ ਸੀ ਸਟਿੱਕਰ ਲੱਗਿਆ ਹੋਇਆ ਸੀ ਹਾਂਜੀ ਮੈਂ ਫਿਰ ਲਾਇਆ ਨਹੀਂ ਹੈ ਅੱਛਾ ਅੱਛਾ ਜੀ ਇਹ ਵੱਡਾ ਅਤੇ ਤੁਸੀਂ ਮੈਨੂੰ ਕਿਹਾ ਤਾਂ ਮੈਂ ਦਿਖਾ ਰਹੀ ਹਾਂ ਨਹੀਂ ਤਾਂ ਮੈਂ ਪਤਾ ਕਿਉਂ ਚੇਂਜ ਕਰਨਾ ਚਾਹ ਰਹੀ ਸੀ ਇਹ ਅਤੇ ਇਹ ਅਤੇ ਇਹ ਦੋ ਸੂਟ ਮੇਰੇ ਹੋ ਗਏ ਉਹਦੇ ਵਿੱਚ ਜੁਗਾੜ ਦੇ ਵਿੱਚ ਅਤੇ ਫਿਲਹਾਲ ਮੈਂ ਪਹਿਲੇ ਸਿਲਾਈ ਆਹ ਕਰਨਾ ਵਾ ਬਹੁਤ ਪਿਆਰਾ ਕਲਰ ਕੋਈ ਵੀ ਨਾਲ ਦੁਪੱਟਾ ਓਰੇਂਜ ਵੀ ਵਿੱਚ ਕਲਰ ਆ ਗ੍ਰੀਨ ਵੀ ਆ ਗ੍ਰੀਨ ਵੀ ਜਿਹੜਾ ਮਰਜ਼ੀ ਇਹਦੇ ਨਾਲ ਦੁਪੱਟਾ ਲਾ ਲਿਆ ਜਾਵੇ ਲੈ ਲੈ ਇਹ ਹੋ ਗਿਆ ਦਨ ਬੇਟੀ ਦਾ ਇੱਕ ਵਾਰੀ ਕਰੀਬ ਤੋਂ ਦਿਖਾਉਣ ਦਿਓ ਸਹੀ ਹੈ ਮੱਖੀਆਂ ਨੇ ਤੰਗ ਕੀਤਾ ਪਿਆ ਅੱਛਾ ਮੈਂ ਨਾ ਕੋਈ 15-20 ਮਿੰਟ ਰੂਮਾਂ ਨੂੰ ਸਾਰਿਆਂ ਨੂੰ ਬੰਦ ਕਰਕੇ ਨਾ ਉਹ ਮੱਛਰਾਂ ਵਾਲੀ ਸਪਰੇਅ ਛਿੜਕਣੀ ਆ ਉਹਦੀ ਵਜ੍ਹਾ ਇਹ ਆ ਕਿ ਰਾਤ ਨੂੰ ਬਹੁਤ ਮੱਛਰ ਕੱਟਦੇ ਆ ਹਾਂ ਅਤੇ ਰੂਮ ਜਿਹੜੇ ਬੰਦ ਰਹਿਣਗੇ ਰੂਮਾਂ 'ਚ ਆਵਾਂਗੇ ਨਹੀਂ ਅਤੇ ਸਾਰੇ ਜਿਹੜੇ ਨਾ ਉਹ ਮੱਛਰਾਂ ਤੋਂ ਜਾਣ ਛੁੱਟ ਜੇ ਨਾਲੇ ਉਹ ਤੁਸੀਂ ਡਰੈਸਿੰਗ 'ਚ ਜਿਹੜੀ ਉਹ ਜਿਹੜਾ ਉਹ ਕੀ ਅਲਮਾਰੀ ਜਿਹੀ 'ਚ ਕੱਪੜੇ ਰੱਖੇ ਚੱਕ ਲਓ ਪਤਾ ਨਹੀਂ ਟਿੱਡੀਆਂ ਨੇ ਕੋਈ ਛੱਡੇ ਹੋਣੀ ਆ ਕਿ ਨਹੀਂ ਛੱਡੇ ਹੋਣੇ ਇੰਨੀ ਟਿੱਡੀ ਆ ਜਿਹਦਾ ਕੋਈ ਹਿਸਾਬ ਨਹੀਂ ਪਤਾ ਨਹੀਂ ਉਹਨਾਂ ਚੱਕ ਲਓ ਉੱਥੋਂ ਉਹ ਕੱਪੜੇ ਉਹ ਕਿਸੇ ਪੇਟੀ 'ਚ ਜਾਂ ਕਿਸੇ ਸ਼ਹਿਰ 'ਚ ਸਿੱਟ ਦਿਓ ਚਲੋ ਨਜ਼ਦੀਕ ਰੱਖੀ ਦੀਆਂ ਜਦੋਂ ਜ਼ਰੂਰਤ ਪਵੇ ਬੰਦਾ ਚੱਕ ਲੈਂਦਾ ਵਾ ਠੀਕ ਹੈ ਮੈਨੂੰ ਸਭ ਤੋਂ ਜ਼ਿਆਦਾ ਨਾ ਇਸ ਤਰ੍ਹਾਂ ਦੇ ਪ੍ਰਿੰਟ ਕੱਪੜੇ ਅਤੇ ਨਰਮ ਨਰਮ ਪਸੰਦ ਆ ਅਤੇ ਇਹ ਇੱਕ ਮੈਂ ਹੁਣ ਸੀਣਾ ਵਾ ਮੈਨੂੰ ਨਾ ਅਸਲ 'ਚ ਮਾਈਆਂ ਉਹਨਾਂ ਕਲਰ ਪਸੰਦ ਜ਼ਿਆਦਾ ਮਾਈਆਂ ਦੇ ਨਹੀਂ ਇਹ ਕਲਰ ਬਹੁਤ ਪਿਆਰਾ ਵਾ ਬਹੁਤ ਜ਼ਬਰਦਸਤ ਇਹ ਅਗਰ ਥੋੜ੍ਹਾ ਜਿਹਾ ਵਾਈਟ ਰੰਗ ਹੋਵੇ ਤਾਂ ਫੁੱਟ ਫੁੱਟ ਕੇ ਪਵੇ ਬਹੁਤ ਜ਼ਿਆਦਾ ਵਾਈਟ ਰੰਗ ਕਿੱਥੋਂ ਲਿਆ ਇਹ ਕੰਮ ਕਰ ਕਰਕੇ ਅਤੇ ਇੱਕ ਮੈਂ ਵੀਡੀਓ ਦੇਖ ਰਹੀ ਸੀ ਯੂਟਿਊਬ 'ਤੇ ਨਾ ਇੱਕ ਸਿਸਟਰ ਸੀ ਉਹਨਾਂ ਨੇ ਕਿਹਾ ਕਿ ਗੱਲ ਤਾਂ ਆ ਵੀ ਕਾਫੀ ਮਤਲਬ ਨਾ ਟਿਕਟੋਕ ਦੇ ਵੀਡੀਓ ਆ ਬਿਊਟੀ ਪਾਰਲਰ ਦੀ ਆਪਣੀ ਕਿ ਕਿੱਦਾਂ ਕਹਿੰਦੇ ਵੀ ਰੰਗ ਨਹੀਂ ਸਾਫ਼ ਹੁੰਦਾ ਅਤੇ ਸਾਰੇ ਕੋਲ ਥਿਆਨ ਅਤੇ ਇਨਸ਼ਾਲਾ ਰੰਗ ਸਾਫ਼ ਹੋ ਜਾਂਦਾ ਇੱਕ ਸਿਸਟਰ ਨੇ ਇੱਕ ਨੂੰ ਬੁਲਾਇਆ ਉਹਨੇ ਕਿਹਾ ਸੀ ਗੱਲ ਤਾਂ ਆ ਕੋਈ ਮੈਨੂੰ ਚਿੱਟਾ ਕਰਕੇ ਦਿਖਾ ਗਏ ਤੀ ਉਹਨੇ ਕਿਹਾ ਵੀ ਚਿੱਟਾ ਤਾਂ ਹੋ ਜਾਏਗਾ ਲੇਕਿਨ ਕੇਅਰ ਖੁਦ ਨੂੰ ਵੀ ਕਰਨੀ ਪੈਂਦੀ ਹੈ ਇਹ ਨਾ ਹੋਵੇ ਅਸੀਂ ਇੱਥੋਂ ਇੰਨਾ ਖਰਚਾ ਕਰਕੇ ਤਾਂ ਤੁਸੀਂ ਜਾ ਕੇ ਘਾਹ ਵੱਢਣ ਬੈਠ ਜਾਓ ਇਹ ਵੀ ਕਾਲ ਸੁਣ ਗਿਆ ਅਤੇ ਇੱਕ ਕਲੇਪਰ ਬਣਾਇਆ ਦੂਸਰੀ ਕਾਲ ਆ ਗਿਆ ਅਤੇ ਵਲੋਗ ਬਣਾਉਣਾ ਮੁਸ਼ਕਿਲ ਹੋ ਗਿਆ ਅਤੇ ਚਲੋ ਜੀ ਹੁਣ ਮੈਂ ਹੁਣ ਕਿਸੇ ਦੀ ਕਾਲ ਆ ਗਈ ਤਾਂ ਠਹਿਰ ਕੇ ਚੁੱਕ ਲਿਓ ਬਾਅਦ 'ਚ ਜੀ ਕੀ ਪਤਾ ਹੁੰਦਾ ਕਿਸੇ ਹੋਰ ਦੀ ਹੁਣ ਆ ਜਾਵੇ ਸਹੀ ਆ ਅਤੇ ਹੁਣ ਇਹਨੂੰ ਸੈਰ ਤਾਂ ਕਰਦਾ ਇਹਦਾ ਮੈਂ ਦੁਪੱਟਾ ਵੀ ਦੁਪੱਟਾ ਵੀ ਦਿਖਾ ਹੀ ਦਾਂਗਾ ਮੈਨੂੰ ਕਿਸੇ ਦਿਨ ਕੋਈ ਸ਼ਹਿਰ ਲੈ ਕੇ ਜਾਵੇ ਅਤੇ ਮੈਂ ਕੋਈ ਸਮਾਨ ਲੈ ਕੇ ਆਵਾਂ ਨਾਲ ਕੋਈ ਪੀਕੋ ਸ਼ੀਕੋ ਕਰੋ ਆਵਾਂ ਐਡ ਬਟਾ ਸਹੀ ਮੈਂ ਇਹ 3 ਸੂਟ ਸੀਣਾ ਨੇ ਪਹਿਲੇ ਇੱਕ ਆਹ ਸੀਣਾ ਅਤੇ ਇੱਕ ਉਹ ਸੀਣਾ ਅਤੇ ਇੱਕ ਮੈਂ ਇਹ ਸ਼ਲਵਾਰ ਸੀਣਾ ਦੀ ਅਤੇ ਇੱਕ ਮੈਂ ਇਹ ਸੀਣਾ ਇਹ ਲੈ ਜਿਹੜਾ ਇਹ ਮੈਂ ਹੁਣ ਬਾਹਰ ਰੱਖਣ ਲੱਗੀ ਹਾਂ
ਸ਼ਲਵਾਰ ਹੈ, ਸ਼ਾਇਦ ਕਮੀਜ਼ ਆ, ਮਹਿਰੂਨ ਕਲਰ ਫੇਵਰੇਟ ਕਲਰ ਹੈ। ਇਹ ਤਾਂ ਖਰੇ ਵੱਟਾ ਚੁੱਕ ਲਿਆ ਮੈਂ ਨਾ, ਪਤਾ ਨਹੀਂ ਮੈਨੂੰ ਕੀ ਪਤਾ ਚੁੱਕ ਲਿਆ। ਸਹੀ ਹੈ, ਥੱਲੇ ਪਤਾ ਨੀ ਭਾਵੇਂ ਖਰਾਬ ਹੀ ਹੋ ਜਾਏ, ਇਹ ਕੋਈ ਸਮਝ ਨੀ ਆ ਰਹੀ ਕਿਹੜਾ ਫਰੰਟ ਕੇ ਇਹਦਾ ਪੋਸਟਰ ਨੀ ਹੈਗਾ, ਉਹ ਪਤਾ ਨੀ ਕਿੱਥੇ ਆ। ਨਿਆਣੇ ਫਿਰ ਪਾਰਕੂਰ ਵੀ ਦਿੱਤਾ, ਪੋਸਟਰ ਤੋਂ ਪਤਾ ਲੱਗ ਰਿਹਾ ਸੀ ਆ ਜਿਹੜੀ ਇੱਥੋਂ ਲੱਗ ਕੇ। ਅੱਛਾ, ਇਹ ਬਾਜ਼ੂ ਆ, ਇਹ ਹੈਗੀ ਆ ਫਰੰਟ ਸਾਈਡ, ਤੇ ਇਹ ਹੈਗੀ ਆ ਜਾਨ ਖੇਲ ਕੇ ਆਇਆ ਮਿੱਟੀ ਨਾਲ ਆਦਨ ਬੇਟਾ, ਹੁਣ ਉਹਨੂੰ ਸਾਫ ਸੁਥਰਾ ਕਰਦਾ ਪਿਆ, ਨਹਾਈ ਕਰਾਉਂਦਾ ਪਿਆ, ਰੋਂਦਾ ਪਿਆ। ਇਹ ਬੈਕ ਸਾਈਡ ਆ, ਆਹ ਫਰੰਟ ਸਾਈਡ ਆ, ਤੇ ਇਹ ਦਰਮਿਆਨ ਚ ਬਾਜ਼ੂ ਆ। ਇਹਦਾ ਪੋਸਟਰ ਪਤਾ ਨਹੀਂ ਆਇਆ ਕਿਤੇ ਸਿੜਕ ਤੇ, ਪਤਾ ਨਹੀਂ ਫਟ ਗਿਆ ਐਵੇਂ ਹੁਣਾ ਚਲੋ ਐਵੇਂ। ਸਾਬਣ ਲਾ ਕੇ ਨਹੀਂ ਪੂਰਾ ਆ ਜਾਣਾ ਮਾਸ਼ਾ ਅੱਲਾਹ। ਜਿਹੜੇ ਸੂਟ ਸੀਨੇ ਸੀ ਮੈਂ ਬਾਹਰ ਨਿਕਾਲ ਕੇ ਰੱਖ ਲਿਆ, ਤੇ ਇਹਨੂੰ ਟੱਪਰ ਚ ਪੈਕ ਕਰ ਲੈਂਦੇ ਹਾਂ, ਫਿਰ ਕਰ ਲਾਂ ਬਾਕੀ ਆ ਚਾਦਰਾਂ ਚੂਦਰਾਂ ਪਈਆਂ, ਤੁਹਾਡੀ ਗਰਮ ਚਾਦਰ ਪਈ, ਅਤੇ ਇਹ ਮੇਰੀਆਂ ਪਈਆਂ ਨੇ। ਸਹੀ, ਇਹ ਮੈਂ ਦੁਪੱਟੇ ਨੂੰ ਲੈਸ ਲਾ ਕੇ ਰੱਖੀ ਹੋਈ ਜੀ, ਸੂਟ ਸੀਤੇ ਹੋਏ ਆ। ਇਹ ਮੈਨੂੰ ਇੰਨਾ ਪਸੰਦ ਸੀ, ਇਹ ਬਾਸ ਭਾਈ ਦੀ ਸ਼ਾਦੀ 'ਤੇ ਲਿਆ ਸੀ, ਉਸ ਚੀਜ਼ ਦਾ ਰਿਵਾਜ ਵਾਕੇ ਫੈਸ਼ਨ ਜਿਹੜਾ ਨਾ ਹੁਣ ਲੰਬੀਆਂ ਕਿਸਮ ਦਾ ਰਿਵਾਜ ਆ ਗਿਆ। ਇੰਡੋਨੇਸ਼ੀਆ ਦਾ ਵਿਜ਼ਿਟ ਕਰਨਾ ਚਾਹੀਦਾ, ਉੱਥੇ ਬਹੁਤ ਜਿਹੜੀ ਸਿਆਹਤ ਜਿਹੜੇ ਆ ਨਾ ਉੱਥੇ ਬਹੁਤ ਜ਼ਿਆਦਾ ਜਿਹੜਾ ਨਾ ਉੱਥੇ ਜਿਹੜਾ ਦੇਖ ਕੇ ਵਲੋਗ ਜਿਹੜੇ ਨਾ ਵਲੋਗ ਸਹੀ ਬਣਨਗੇ ਆਪਣੇ। ਚਲੀ ਆਪਾਂ ਵੀ ਇੰਡੋਨੇਸ਼ੀਆ, ਪਰ ਉੱਥੇ ਇੰਡੋਨੇਸ਼ੀਆ 'ਚ ਸਾਡਾ ਕੋਈ ਹੈ ਕੋਈ ਨਹੀਂ, ਥੋੜ੍ਹੀ ਜਿਹੀ ਜਾਣ ਪਹਿਚਾਣ ਹੋਵੇ ਨਾ। ਹਾਂਜੀ, ਫਿਰ ਇੱਦਾਂ ਵੀ ਬੰਦਾ ਕਿੱਦਾਂ ਜਾ ਸਕਦਾ। ਅਤੇ ਕਹਿੰਦੇ ਆ ਬਈ ਵੀਜ਼ਾ ਵੀ ਉਹਦਾ ਸਸਤਾ ਮਿਲ ਜਾਂਦਾ, ਅਤੇ ਜਿਹੜਾ ਨਾ ਇੰਡੋਨੇਸ਼ੀਆ ਦਾ ਬਾਕੀ ਉੱਥੇ ਪੈਸਾ ਵੀ ਘੱਟ ਲੱਗਦਾ। ਮੰਮਾ ਕੋ ਜਾਣਾ, ਅੱਛਾ ਮੰਮਾ ਚੁੱਕ ਲੈਂਦੇ ਬਰਾਮਦੇ ਮੈਂ ਖੜੀ ਕਰ ਲੇਂਗੇ, ਤੋ ਉਧਰ ਨਾ ਹਾਲ ਵਗੈਰਾ ਜੋ ਹੈ ਨਾ ਵੋ ਬਣਾਏ ਹੈ, ਤੋ ਇਸ ਵਜ੍ਹਾ ਸੇ ਮੈਨੇ ਕਹਾ ਕਿ ਕੋਈ ਇੰਟ ਵਗੈਰਾ ਜਾਂ ਕੋਈ ਚੀਜ਼ ਇਸ ਪੇ ਨਾ ਲੱਗ ਜਾਏ।
ਮੈਂ ਕਹਾ ਕਿ ਆਪਣੇ ਭੈਣ ਭਾਈਓ ਸੇ ਸ਼ਾਮ ਕੀ ਜੋ ਹੈ ਨਾ ਵੋ ਰੂਟੀਨ ਵੀ ਸ਼ੇਅਰ ਕੀ ਜਾਏ। ਤੋ ਯੇ ਦੇਖੇ ਯੇ ਸ਼ਾਮ ਹੋ ਗਈ ਹੈ ਹਮਾਰੇ ਪਾਸ ਐਸੇ, ਯਾਨੀ ਕਿ ਸ਼ਾਮ ਕਾ ਵਿਊ ਹਮ ਦਿਖਾ ਰਹੇ ਹੈ। ਤੋ ਜ਼ਰੂਰ ਵੀਡੀਓ ਕੋ ਜ਼ਿਆਦਾ ਸੇ ਜ਼ਿਆਦਾ ਵਾਚ ਕਰਨਾ, ਜ਼ਿਆਦਾ ਸੇ ਜ਼ਿਆਦਾ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ। ਥੈਂਕ ਯੂ ਮੇਰੇ ਤਮਾਮ ਦੇਖਣ ਵਾਲੇ ਭੈਣ ਭਾਈ ਜੋ ਹੈ ਹਮੇਂ ਜ਼ਿਆਦਾ ਸੇ ਜ਼ਿਆਦਾ ਸਪੋਰਟ ਕਰੇ ਜੀ।